ਭਾਰਤ ਦੀ ਸਖਤੀ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਅਹਿਮ ਬਿਆਨ ਆਇਆ ਸਾਹਮਣੇ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਮਤਭੇਦ ਦੂਰ ਹੋਣ ਦੇ ਕੋਈ ਸੰਕੇਤ ਨਹੀਂ ਹਨ ਖਾਸ ਕਰਕੇ ਜਦੋਂ ਤੋਂ ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਂਟਾਂ ਦੀ ਇੱਕ ਸੂਚੀ ਸੌਂਪੀ ਹੈ ਅਤੇ ਉਹਨਾਂ ਨੂੰ 10 ਅਕਤੂਬਰ ਤੱਕ ਵਾਪਸ ਬੁਲਾਉਣ ਦੀ ਗੱਲ ਕਹੀ ਹੈ ਭਾਰਤ ਤੇ ਕੈਨੇਡਾ ਵਿਚਾਲੇ ਕੂਟਨੀਤਿਕ ਵਿਵਾਦ ਨਵੇਂ ਪੱਧਰ ਤੇ ਪਹੁੰਚ ਗਿਆ ਹੈ ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀਆ ਜੇਲੀ ਇਸ ਮਾਮਲੇ ਤੇ ਥੋੜੀ ਨਰਮ ਨਜ਼ਰ ਆਈ ਉਹਨਾਂ ਮੰਗਲਵਾਰ ਨੂੰ ਕਿਹਾ ਹੈ ਕੇ ਕੈਨੇਡਾ ਕੂਟਨੀਤਿਕ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਕਰਨਾ ਚਾਹੁੰਦਾ ਹੈ ਉਹ ਮੰਗਲਵਾਰ ਨੂੰ ਆਟਵਾ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ ਅਸੀਂ ਕੈਨੇਡੀਅਨ ਡਿਪਲੋਮੇਟਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਸੀਂ ਨਿੱਜੀ ਗੱਲਬਾਤ ਜਾਰੀ ਰੱਖਾਂਗੇ ਕਿਉਂਕਿ ਸਾਡਾ ਮੰਨਣਾ ਹੈ ਕਿ ਕੂਟਨੀਤਿਕ ਗੱਲਬਾਤ ਉਦੋਂ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਉਹ ਨਿੱਜੀ ਰਹੇ ਉਹਨਾਂ ਦਾ ਇਹ ਬਿਆਨ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਦੂਤਘਰ ਨੂੰ ਸੂਚਿਤ ਕਰਨ ਤੋਂ ਬਾਅਦ ਆਇਆ ਹੈ ਕਿ ਸੂਚੀ ਵਿੱਚ ਸ਼ਾਮਲ 41 ਡਿਪਲੋਮੇਟਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣਾ ਹੋਵੇਗਾ ਅਜੇਹਾ ਨਾ ਕਰਨ ਦੀ ਸੂਰਤ ਵਿੱਚ ਸੂਚੀ ਵਿੱਚ ਸ਼ਾਮਲ ਡਿਪਲੋਮੇਟਾਂ ਦੀ ਡਿਪਲੋਮੈਟਿਕ ਛੋਟ ਖਤਮ ਹੋ ਜਾਵੇਗੀ ਉੱਤਮ ਅਗਲੀ ਖਬਰ ਵੱਲ ਕੈਨੇਡਾ ਦੀ ਸੰਸਦ ਦੇ ਵਿੱਚ ਪਹਿਲੇ ਅਸ਼ਵੇਤ ਸਪੀਕਰ ਬਣੇ ਗ੍ਰੈਗ ਫਰਗਸ ਆਟਵਾ ਕੈਨੇਡਾ ਦੇ ਹਾਊਸ ਆਫ ਕਾਮਨਸ ਨੇ ਮੰਗਲਵਾਰ ਨੂੰ ਗ੍ਰੈਗ ਫਰਗਸ ਨੂੰ ਆਪਣਾ ਨਵਾਂ ਸਪੀਕਰ ਚੁਣ ਲਿਆ ਹੈ ਗ੍ਰੈਗ ਲਿਬਰਲ ਪਾਰਟੀ ਦੇ ਵਿਧਾਇਕ ਹਨ ਉਹ ਇਸ ਅਹੁਦੇ ਤੇ ਚੁਣੇ ਜਾਣ ਵਾਲੇ ਪਹਿਲੇ ਅਸ਼ਵੇਤ ਕੈਨੇਡੀਅਨ ਬਣ ਗਏ ਹਨ ਦੱਸਣਯੋਗ ਹੈ ਕਿ ਪਿਛਲੇ ਸਪੀਕਰ ਨੇ ਅੰਜਾਨੇ ਵਿੱਚ ਇੱਕ ਸਾਬਕਾ ਨਾਜੀ ਫੌਜੀ ਨੂੰ ਸੰਸਦ ਵਿੱਚ ਸਜ਼ਾ ਦੇਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ 338 ਸੀਟਾਂ ਵਾਲੇ ਸਦਨ ਦੇ ਮੈਂਬਰਾਂ ਨੇ ਗੁਪਤ VOTING ਵਿੱਚ ਗੈਗ ਫਰਗਸ ਲਈ रिपोर्टिंग ਕੀਤੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਹੈ ਕਿ ਅੱਜ ਤੁਸੀਂ ਸਪੀਕਰ ਬਣਨ ਵਾਲੇ ਪਹਿਲੇ ਅਸ਼ਵੇਤ ਕੈਨੇਡੀਅਨ ਹੋ ਇਹ ਸਾਰੇ ਕੈਨੇਡੀਅਨ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨ ਪੀੜੀ ਦੇ ਲਈ ਪ੍ਰੇਰਣਾਦਾਇਕ ਹੋਵੇਗਾ ਜੋ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਦੱਸਣਯੋਗ ਹੈ ਕਿ ਸੱਤਾਧਾਰੀ ਲਿਬਰਲਟ ਪਾਰਟੀ ਦੇ ਮੈਂਬਰ ਅਤੇ ਸਾਬਕਾ ਸਪੀਕਰ ਐਂਥਨੀ ਯੂਰੋਟਾ ਨੇ ਪਿਛਲੇ ਹਫਤੇ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਪਾਲਿਸ ਮੋਲ ਦੇ 98 ਸਾਲਾ ਯੂਕਰੇਨੀ ਯਾਰੋਸਲਾਵ ਹੋਕਾ ਨੂੰ ਸਦਨ ਵਿੱਚ ਸੱਦਾ ਦੇਣ ਦੀ ਪੂਰੀ ਜ਼ਿੰਮੇਵਾਰੀ ਲਈ ਯਾਰੋ ਸੁਲਾਬ ਹੱਕਾ ਦੇ ਦੋ ਪੱਖ ਵਿਸ਼ਵ ਯੁੱਧ ਦੌਰਾਨ ਅਡੇਲਫ ਰਿਟਲਸ ਦੀ ਵੋਫਨ ਐਸਐਸ ਇਕਾਈਆਂ 'ਚੋਂ ਇੱਕ ਸੇਵਾ ਕੀਤੀ ਸੀ ਨਵਾਂ ਦਿੰਹ ਹਗਲੀ ਖਬਰ ਵਾਲੇ ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ ਸਰਕਾਰ ਦੇ ਅਲਟੀਮੇਟਮ ਤੋਂ ਬਾਅਦ ਟਰੂਡੋ ਦੀ ਪਹਿਲੀ ਪ੍ਰਤੀਕਿਰਿਆ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਤਣਾਅ ਦੇ ਦੌਰ ਤੋਂ ਲੰਘ ਰਹੇ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਨਿਜਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਤਣਾਅ ਵਧ ਗਿਆ ਹੈ ਇਸ ਦੌਰਾਨ ਮੰਗਲਵਾਰ ਨੂੰ ਟਰੂਡੋ ਨੇ ਭਾਰਤ ਕੈਨੇਡਾ ਵਿਵਾਦ ਤੇ ਕਿਹਾ ਕਿ ਅਸੀਂ ਭਾਰਤ ਨਾਲ ਵਿਵਾਦ ਵਧਾਉਣਾ ਨਹੀਂ ਚਾਹੁੰਦੇ ਕੈਨੇਡਾ ਭਾਰਤ ਨਾਲ ਰਚਨਾਤਮਕ ਤੌਰ ਤੇ ਜੁੜਿਆ ਰਹੇਗਾ ਅਸੀਂ ਕੈਨੇਡੀਅਨਾਂ ਦੇ ਲਈ ਭਾਰਤ ਵਿੱਚ ਮੌਜੂਦਗੀ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਭਾਰਤ ਨੇ ਟਰੂਡੋ ਸਰਕਾਰ ਨੂੰ ਆਪਣੇ ਡਿਪਲੋਮੇਟਾਂ ਨੂੰ ਵਾਪਸ ਬੁਲਾਉਣ ਦਾ ਅਲਟੀਮੇਟਮ ਦਿੱਤਾ ਸੀ ਮੋਦੀ ਸਰਕਾਰ ਨੇ ਕੈਨੇਡਾ ਨੂੰ 10 ਅਕਤੂਬਰ ਤੱਕ ਭਾਰਤ ਤੋਂ 41 ਡਿਪਲੋਮੇਟਾਂ ਨੂੰ ਵਾਪਸ ਬੁਲਾਉਣ ਦੇ ਲਈ ਕਿਹਾ ਹੈ ਭਾਰਤ ਨੇ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਹੈ ਕਿ 10 ਅਕਤੂਬਰ ਤੋਂ ਬਾਅਦ ਵੀ ਜੇਕਰ ਇਹ ਡਿਪਲੋਮੈਟ ਭਾਰਤ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੀ ਕੂਟਨੀਤਿਕ ਛੋਟ ਵੀ ਰੱਦ ਕਰ ਦਿੱਤੀ ਜਾਵੇਗੀ ਲੋਕਾਂ ਦੇ ਹਨ ਅਗਲੀ ਖਬਰ ਵੱਲ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖਾਂ ਨੂੰ ਹਕੂਮਤ ਨੇ ਕੈਦ ਨਹੀਂ ਅਗਵਾ ਕੀਤਾ ਸਰੂਪ ਸਿੰਘ ਤੂੜ ਭਾਰਤ ਦੀਆਂ ਜੇਲਾਂ ਵਿੱਚ ਬੰਦੀ ਸਿੰਘਾਂ ਨੂੰ ਹਕੂਮਤ ਨੇ ਕੈਦ ਨਹੀਂ ਅਗਵਾ ਕੀਤਾ ਹੋਇਆ ਹੈ ਇਹ ਵਿਚਾਰ ਕੌਮੀ ਇਨਸਾਫ ਮੋਰਚਾ ਸਰੀ ਦੇ ਮੁਖ ਬਲਾਰੇ ਸਰੂਪ ਸਿੰਘ ਤੂੜ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਵਿੱਚ ਬੋਲਦੇ ਹੋਏ ਆਖੇ ਤੂੜ ਨੇ ਕਿਹਾ ਹੈ ਕਿ ਭਾਰਤ ਦੀਆਂ ਕਾਲ ਕੋਠੀਆਂ ਦੇ ਵਿੱਚ ਕੈਦ ਆਪਣੀਆਂ ਸਜ਼ਾਾਂਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਿੱਖ ਸਿਆਸੀ ਕੈਦੀ ਰਿਹਾ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਜ਼ਮਾਨਤਾਂ ਦੀਆਂ ਅਰਜ਼ੀਆਂ ਤੇ ਗੌਰ ਕੀਤਾ ਜਾ ਰਿਹਾ ਹੈ ਭਾਰਤੀ ਕਾਨੂੰਨ ਦੋਗਲਾ ਤੇ ਪੱਕ ਪਾਤੀ ਹੈ ਭਾਰਤ ਵਿੱਚ ਹਿੰਦੂ ਧਰਮ ਦੇ ਨਾਲ ਸੰਬੰਧਿਤ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਦਾ ਮਤਲਬ ਹੈ 10 ਜਾਂ 12 ਸਾਲ ਦੀ ਸਜ਼ਾ ਪਰ ਸਿੱਖਾਂ ਅਤੇ ਮੁਸਲਮਾਨਾਂ ਦੇ ਲਈ ਉਮਰ ਕੈਦ ਦਾ ਮਤਲਬ ਜਦ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਤੂੜਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਦੇ ਮਤਾਬਿਕ ਕਿਸੇ ਵੀ ਵਿਅਕਤੀ ਨੂੰ ਬੰਦ ਕਮਰੇ ਵਿੱਚ 24 ਘੰਟੇ ਤੋਂ ਬਾਅਦ ਸਮਾਂ ਤੱਕ ਨਹੀਂ ਰੱਖਿਆ ਜਾ ਸਕਦਾ ਪਰ ਭਾਰਤ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਤੇ ਬੰਦੀ ਸਿੱਖਾਂ ਦੇ ਸੰਦਰਭ ਭਾਰਤੀ ਹਕੂਮਤ ਤੇ ਅਗਵਾ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਗੁਰਦੀਪ ਸਿੰਘ ਖੇੜਾ 31 ਸਾਲਾਂ ਤੋਂ ਜੇਲ੍ਹ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ 29 ਸਾਲ ਬਲਵੰਤ ਸਿੰਘ ਰਾਜਵਾਨਾ ਜਗਤਾਰ ਸਿੰਘ ਹਵਾਰਾ ਲਖਵਿੰਦਰ ਸਿੰਘ ਲੱਖਾ ਪਰਮਜੀਤ ਸਿੰਘ ਭਿਉਰਾ ਸ਼ਮਸ਼ੀਰ ਸਿੰਘ ਗੁਰਮੀਤ ਸਿੰਘ ਕਰੀਬ 28 ਸਾਲਾਂ ਤੋਂ ਜੇਲ੍ਹ ਵਿੱਚ ਕੈਦ ਹਨ ਅਤੇ ਜਗਤਾਰ ਸਿੰਘ ਤਾਰਾ 16 ਸਾਲਾਂ ਤੋਂ ਵੱਦ ਬੁੜੈਲ ਜੇਲ੍ਹ ਵਿੱਚ ਕੈਦ ਹਨ ਨਵਾਂ ਵਾਦੇ ਹਗਲੀ ਖਬਰ ਵੱਲ 30 ਲੱਖ ਲਗਾ ਕੈਨੇਡਾ ਭੇਜੀ ਨੂੰ ਦੇ ਬਦਲੇ ਰੰਗ ਦੇਖ ਹੈਰਾਨ ਰਹਿ ਗਏ ਸੌਰੇ ਨਹੀਂ ਪਤਾ ਸੀ ਦੇਖਣਾ ਪਵੇਗਾ ਇਹ ਦਿਨ ਮੋਗਾ ਨਿਵਾਸੀ ਬਲਵਿੰਦਰ ਸਿੰਘ ਦੇ ਬੇਟੇ ਨੂੰ ਵਿਆਹ ਕਰਕੇ ਕੈਨੇਡਾ ਲਿਜਾਣ ਦਾ ਚਾਂਸਾ ਦੇ ਕੇ ਕਾਜਲ ਨਿਵਾਸੀ ਗਰੋਵਰ ਇਨਕਲੋਪ ਕਪੂਰਥਲਾ ਨੇ ਆਪਣੇ ਮਾਪਿਆਂ ਨਾਲ ਕਥਿਤ ਮਿਲੀਭੁਗਤ ਕਰਕੇ 30 ਲੱਖ ਰੁਪਏ ਹੜੱਪੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧ ਵਿੱਚ ਜਾਂਚ ਤੋਂ ਬਾਅਦ ਥਾਣਾ ਸਿਟੀ ਮੋਗਾ ਵਿੱਚ ਕਾਜਲ ਉਸ ਦੀ ਮਾਤਾ ਕੀਰਤੀ ਅਤੇ ਪਿਤਾ ਸतीश ਕੁਮਾਰ ਸਾਰੇ ਨਿਵਾਸੀ ਗਰੋਵਰ ਇਨਕਲੋਪ ਕਰਤਾਰ ਰੋਡ ਕਪੂਰਥਲਾ ਖਿਲਾਫ ਧੋਖਾ ਤੇ ਹੀ ਅਤੇ ਕਥਿਤ ਮਿਲੀ ਭੁਗਤਦਾ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਹਰਮੇਸ਼ ਲਾਲ ਬੱਲੋ ਕੀਤੀ ਜਾ ਰਹੀ ਹੈ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਪੱਤਰ ਵਿੱਚ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਸਦੇ بیٹے ਨਵ ਸ਼ਰਨਦੀਪ ਸਿੰਘ ਦਾ ਵਿਆਹ ਅਕਤੂਬਰ 2019 ਨੂੰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਾਜਲ ਨਿਵਾਸੀ ਕਪੂਰਥਲਾ ਨਾਲ ਹੋਇਆ ਸੀ ਜਿਸ ਨੇ ਆਇਲੈਂਡਸ ਵਿੱਚੋਂ ਸਾਡੇ 6 ਬੈਂਡ ਹਾਸਲ ਕੀਤੇ ਸਨ ਕਾਜਲ ਦੇ ਮਾਤਾ ਪਿਤਾ ਨੇ ਸਾਨੂੰ ਕਿਹਾ ਕਿ ਉਹ ਸਾਡੀ ਬੇਟੀ ਨੂੰ ਵਿਆਹ ਕਰਵਾ ਕੇ ਕੈਨੇਡਾ ਭੇਜਦੇ ਹਨ ਅਤੇ ਸਾਰਾ ਖਰਚਾ ਵੀ ਉਹਨਾਂ ਵੱਲੋਂ ਕੀਤਾ ਜਾਵੇ ਬਾਤਾਂ ਹਨ ਅਗਲੀ ਖਬਰ ਵੱਲ ਹੁਣ ਕੈਨੇਡਾ ਵਿੱਚ ਵੱਧਦੀ ਮਹਿੰਗਾਈ ਨੂੰ ਲੈ ਕੇ ਕਿਰੇ ਪੀਐਮ ਜਸਟਿਨ ਟਰੂਡੋ ਵਿਰੋਧੀ ਧਿਰ ਨੇ ਲਗਾਈ ਕਲਾਸ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਤੇ ਖਾਲਿਸਤਾਨੀ ਅਤਵਾਦੀ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਦੋਸ਼ ਲਗਾ ਕੇ ਹੁਣ ਆਪਣੇ ਦੇਸ਼ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਇਸ ਵਾਰ ਮਾਮਲਾ ਕੈਨੇਡਾ ਵਿੱਚ ਵੱਧਦੀ ਮਹਿੰਗਾਈ ਨਾਲ ਜੁੜਿਆ ਹੈ ਜਿਸ ਕਾਰਨ ਲੋਕ ਪਰੇਸ਼ਾਨ ਹਨ ਇਸ ਦਾ ਅਸਰ ਵਿਦੇਸ਼ਾਂ ਤੋਂ ਆਏ ਪ੍ਰਵਾਸੀਆਂ ਖਾਸ ਕਰਕੇ ਭਾਰਤ ਤੋਂ ਆਏ ਵਿਦਿਆਰਥੀਆਂ 'ਤੇ ਪੈ ਰਿਹਾ ਹੈ ਨਿਜਰ ਮਾਮਲੇ ਵਿੱਚ ਭਾਰਤ ਤੇ ਕੈਨੇਡਾ ਵਿਚਾਲੇ ਵੱਡੇ ਤਣਾ ਦਰਮਿਆਨ ਨਾਂ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੇਟਾਂ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਇਹੀ ਨਹੀਂ ਕੁਝ ਵਪਾਰ ਸੌਦੇ ਜੋ ਹੋਣੇ ਸਨ ਉਹਨਾਂ ਵੀ ਫਿਲਹਾਲ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਵਿਗੜੇ ਹਾਲਾਤ ਕਾਰਨ ਕੈਨੇਡਾ ਵਿੱਚ ਮਹਿੰਗਾਈ ਸਿਖਰ ਤੇ ਜਾ ਪਹੁੰਚੀ ਹੈ ਇਸ ਮੁੱਦੇ ਤੇ ਕੈਨੇਡਾ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਨੇਤਾ ਪੀਅਰ ਪਾਲੀ ਐਵਰ ਨੇ ਪੀਐਮ ਟਰੂਡੋ ਤੇ ਨਿਸ਼ਾਨਾ ਵਿੰਨਿਆ ਹੈ ਪੀਅਰ ਪਾਲੀ ਐਵਰ ਨੇ ਮਹਿੰਗਾਈ ਤੋਂ ਲੈ ਕੇ ਵਾਧੇ ਅਪਰਾਧਾਂ ਤੱਕ ਦੇ ਮੁੱਦਿਆਂ ਤੇ ਟਰੂਡੋ ਸਰਕਾਰ ਨੂੰ ਲਤਾੜਦੇ ਹੋਏ ਅਸਫਲ ਕਰਾਰ ਦਿੱਤਾ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਭਾਰਤ ਨੇ ਦਰਜਨਾ ਕੈਨੇਡੀਅਨਾਂ ਡਿਪਲੋਮੇਟਾਂ ਨੂੰ ਕੱਢਣ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਇਸ ਗੱਲ ਦੇ ਨਾਲ ਉਹ ਚਿੰਤਤ ਹਨ ਲੋਕਾਂ ਦੇ ਹਾਂ ਅਗਲੀ ਖਬਰ ਵੱਲ ਫ੍ਰਿਜ਼ਨੋ ਵਿਖੇ ਸੁਸ਼ੀਲ ਦਸਾਂਝ ਤੇ ਸੁਖਦੇਵ ਸਾਹਿਲ ਹੋਏ ਸਰੋਤਿਆਂ ਨਾਲ ਰੂਬਰੂ ਲੰਘੇ ਐਤਵਾਰ ਇੰਡੋ ਅਮਰੀਕਨ ਹੈਰੀਟੇਜ ਫੋਰਮ ਫ੍ਰਿਜ਼ਨੋ ਵੱਲੋਂ ਪੰਜਾਬ ਤੇ ਕੈਲੀਫੋਰਨੀਆ ਦੀ ਫੇਰੀ ਤੇ ਆਏ ਪੱਤਰਕਾਰ ਸ਼ਾਇਰ ਅਤੇ ਪੰਜਾਬ ਦੀ ਦੇ ਪ੍ਰਸਿੱਧ ਰਸਾਲੇ ਹੁਣ ਦੇ ਮੁੱਖ ਸੰਪਾਦਕ ਸੁਸ਼ੀਲ ਦਸਾਂਝ ਨਾਲ ਰੂਬਰੂ ਕੀਤਾ ਗਿਆ ਸੁਸ਼ੀਲ ਦਸਾਂਝ 23 ਸਤੰਬਰ ਨੂੰ ਇੰਡੋ ਅਮਰੀਕਨ ਦੇਸ਼ ਭਗਤ ਫਾਊਂਡੇਸ਼ਨ ਏ ਏਰੀਆ ਵੱਲੋਂ ਮਿਲੀ ਪੀਟਸ ਸ਼ਹਿਰ ਵਿੱਚ ਕਰਵਾਏ ਗਏ ਗਦਰੀ ਬਾਬਿਆਂ ਦੇ ਮੇਲੇ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣ ਲਈ ਆਏ ਫੋਰਮ ਦੇ ਪ੍ਰਧਾਨ ਨਵਦੀਪ ਸਿੰਘ ਢਾਲੀ ਵਾਲ ਦੇ ਘਰ ਵਿੱਚ ਹੋਏ ਇਸ ਸਮਾਗਮ ਵਿੱਚ ਫੋਰਮ ਦੇ ਸਾਰੇ ਮੈਂਬਰ ਅਤੇ ਫ੍ਰਿਜ਼ਨੋ ਇਲਾਕੇ ਦੇ ਹੋਰ ਬਹੁਤ ਸਾਰੇ ਦੋਸਤ ਪਰਿਵਾਰ ਸਮੇਤ ਸ਼ਾਮਲ ਹੋਏ। ਸੁਸ਼ੀਲ ਦਸਾਂਝ ਦੇ ਨਾਲ ਉਹਨਾਂ ਦੇ ਪਰਮ ਮਿੱਤਰ ਅਤੇ ਸਾਡੇ ਸਾਰਿਆਂ ਲਈ ਜਾਣੇ ਪਛਾਣੇ ਸੁਰੀਲੇ ਗਾਇਕ ਸੁਖਦੇਵ ਸਾਹਿਲ ਵੀ ਇਸ ਮਹਿਫਲ ਵਿੱਚ ਸ਼ਾਮਲ ਹੋਏ। ਫੋਰਮ ਦੇ ਸਕੱਤਰ ਹਰਜਿੰਦਰ ਢੇਸੀ ਨੇ ਸੁਸ਼ੀਲ ਦਸਾਂਝ ਦੇ ਨਾਲ ਆਏ ਸਰੋਤਿਆਂ ਦੀ ਸੰਖੇਪ ਵਿੱਚ ਜਾਣ ਪਛਾਣ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ। ਦਸਾਂਝ ਉਹਨਾਂ ਨੇ ਆਪਣੀ ਭਾਪੂਰਕ ਤਕ ਇਹ ਤਕਰੀਰ ਦੇ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਭਾਰਤ ਦੀ ਰਾਜਨੀਤਿਕ ਤਸਵੀਰ ਪੇਸ਼ ਕੀਤੀ। ਲੋਵ ਅੱਜ ਦੀ ਅਗਲੀ ਖਬਰ ਵੱਲ ਪੰਜਾਬੀ ਰੇਡੀਓ ਯੂਐਸਏ ਵੱਲੋਂ ਵਿਰਾਸਤੀ ਪ੍ਰੋਗਰਾਮ ਸੰਦਲੀ ਪੈੜਾਂ ਦੌਰਾਨ ਲਗੀਆਂ ਰੌਣਕਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੇ ਅਮੀਰ ਵਿਰਸੇ ਨੂੰ ਅੱਗੇ ਤੋਰਨ ਅਤੇ ਨਵੀਂ ਪੀੜੀ ਨੂੰ ਨਾਲ ਜੋੜਨ ਦੇ ਲਈ ਉਪਰਾਲੇ ਹੁੰਦੇ ਹਨ ਇਸ ਲੜੀ ਤਹਿਤ ਪੰਜਾਬੀ ਰੇਡੀਓ ਯੂਐਸਏ ਅਤੇ ਪੰਜਾਬੀ ਕਲਚਰਲ ਸੈਂਟਰ ਯੂਐਸਏ ਵੱਲੋਂ ਆਪਣੇ ਰੇਡੀਓ ਸਟੇਸ਼ਨ ਦੇ ਬਾਹਰ ਬਣੀ ਸਟੇਜ ਅਤੇ ਖੁੱਲੇ ਵਿਹੜੇ ਵਿੱਚ ਇਸੇ ਵਿਰਾਸਤ ਨੂੰ ਅੱਗੇ ਤੋਰਦਾ ਪ੍ਰੋਗਰਾਮ ਸੰਦਲੀ ਪੈੜਾਂ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਵਿਰਸੇ ਨਾਲ ਸੰਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਲਾਉਣ ਤੋਂ ਇਲਾਵਾ ਵਿਰਾਸਤੀ ਖੇਡਾਂ ਅਤੇ ਵਿਰਾਸਤੀ ਗੀਤ ਸੰਗੀਤ ਨੂੰ ਪੇਸ਼ ਕੀਤਾ ਗਿਆ ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਵੀ ਸੀ ਕਿ ਵਿਆਹ ਵਰਗੇ ਸਰਜੇ ਮਾਹੌਲ ਵਿੱਚ ਬਜ਼ੁਰਗਾਂ ਨੌਜਵਾਨਾਂ ਬੱਚਿਆਂ ਵਿੱਚ ਮਰਦਾਂ ਅਤੇ ਔਰਤਾਂ ਵਿੱਚ ਸਭ ਰਲ ਕੇ ਆਪਣੀ ਆਪਣੀ ਪੇਸ਼ਕਾਰੀ ਰਾਈ ਆਪਣੇ ਪੰਜਾਬੀ ਸੱਭਿਆਚਾਰ ਵਿਰਸੇ ਦੇ ਰੰਗ ਬੰਨੇ ਜਿਸ ਤਰ੍ਹਾਂ ਵਿਰਾਸਤੀ ਗੀਤ ਬੋਲੀਆਂ ਘੋੜੀਆਂ ਅਤੇ ਲੰਮੀਆਂ ਹੇਕਾਂ ਵਾਲੇ ਗੀਤ ਆਦਿ ਰਾਂਹੇ ਖੂਬ ਰੰਗ ਬੰਨੇ ਜਦ ਕਿ ਮਿਊਜ਼ਿਕਲ ਚੇਅਰ ਕੋਟਲਾ ਚਪਾਕੀ ਕਿ ਕਲੀਪਿੰਗਾ ਆਦਿ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਲੋਵਾਂਦੇ ਹਗਲੀ ਖਬਰ ਵੱਲ 트럼ਪ ਤੇ ਚੱਲ ਰਹੇ ਮੁਕਦਮੇ ਨੂੰ ਲੈ ਕੇ اٹਾਰਨੀ ਜਨਰਲ ਗਾਰਲੈਂਡ ਦਾ ਬਿਆਨ ਆਇਆ ਸਾਹਮਣੇ ਅਮਰੀਕਾ ਦੇ اٹਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਸਪਸ਼ਟ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਜੋ ਬਾਈਡਨ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਪ੍ਰਮੁੱਖ ਉਮੀਦਵਾਰ ਡੋਨਲਡ 트럼ਪ ਖਿਲਾਫ ਮਾਮਲੇ ਵਿੱਚ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਅਹੁਦੇ ਤੇ ਰੱਖਿਆ ਜਾਣਾ ਚਾਹੀਦਾ ਹੈ ਸੀਬੀਐਸ ਦੇ 300 ਮਿੰਟ ਦੇ ਪ੍ਰੋਗਰਾਮ ਵਿੱਚ ਉਸਨੇ ਅੱਗੇ ਕਿਹਾ ਹੈ ਕਿ ਰਾਸ਼ਟਰੀ ਪ੍ਰਧਾਨ ਮੰਤਰੀ ਆਮ ਤੌਰ ਤੇ ਕਾਨੂੰਨੀ ਕਾਰਵਾਈਆਂ ਵਿੱਚ ਦਖਲ ਨਹੀਂ ਦਿੰਦੇ ਹਨ ਰਾਸ਼ਟਰਪਤੀ ਨੂੰ ਆਪਣੇ بیٹے ਹੰਟਰ ਵਿਰੁੱਧ ਟੈਕਸ ਚੋਰੀ ਦੇ ਦੋਸ਼ਾਂ ਅਤੇ ਬੰਦੂਕ ਰੱਖਣ ਦੇ ਦੋਸ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਨਿਆਂ ਵਿਭਾਗ ਦੇ ਵਕੀਲ ਹਮੇਸ਼ਾ ਨਿਰਪੱਖ ਰਹੇ ਹਨ ਅਤੇ ਉਹ ਫੈਸਲੇ ਲੈਣ ਵਿੱਚ ਵੀ ਪੱਖਪਾਤ ਤੋਂ ਦੂਰ ਰਹਿੰਦੇ ਹਨ ਰਾਸ਼ਟਰਪਤੀ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨੂੰ ਇਸ ਹਫਤੇ ਐਡਲਾਵੇਅਰ ਸੂਬੇ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਲੋਕਾਂ ਦੇ ਹਾਲੀ ਖਬਰਾਂ ਵਾਲਾ ਲਾਸ ਐਂਜਲਸ ਦੀ ਮੇਅਰ ਨੇ ਕਿਹਾ ਅਮਰੀਕਾ ਵਿੱਚ ਖੋਲੇ ਜਾਣ ਵਾਲੇ ਨਵੇਂ ਭਾਰਤੀ ਕੌਂਸਲੇਟਾਂ 'ਚੋਂ ਇੱਕ ਇੱਥੇ ਖੋਲੋ ਲਾਸ ਐਂਜਲਸ ਦੀ ਮੇਅਰ ਕ੍ਰੇਨ ਬੌਸ ਤੇ ਭਾਰਤੀ ਅਮਰੀਕੀ ਭਾਈਚਾਰੇ ਨੇ ਭਾਰਤ ਸਰਕਾਰ ਨੂੰ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੋਂ ਦੁਨੀਆ ਦੀ ਮਨੋਰੰਜਨ ਰਾਜਧਾਨੀ ਦੇ ਵਿੱਚ ਇਸ ਇੱਕ ਕੌਂਸਲੇਟ ਖੋਲਣ ਦੀ ਅਪੀਲ ਕੀਤੀ ਹੈ ਮੌਜੂਦਾ ਸਮੇਂ ਦੀ ਅਮਰੀਕਾ ਵਿੱਚ ਨਿਊਯਾਰਕ ਸੈਨ ਫ੍ਰਿਸਕੋ ਸ਼ਿਕਾਗੋ ਹਿਊਸਟਨ ਅਤੇ ਐਟਲਾਂਟਾ ਵਿੱਚ ਪੰਜ ਭਾਰਤੀ ਕੌਂਸਲੇਟ ਹਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਤਿਹਾਸਿਕ ਸਰਕਾਰੀ ਯਾਤਰਾ ਦੌਰਾਨ ਇਹ ਐਲਾਨ ਕੀਤਾ ਸੀ ਕਿ ਭਾਰਤ ਅਮਰੀਕਾ ਵਿੱਚ ਦੋ ਨਵੇਂ ਕੌਂਸਲਟ ਖੋਲੇਗਾ ਜਿੰਨਾਂ ਵਿੱਚੋਂ ਇੱਕ ਸਾਈਟ ਸ਼ੈਟਲ ਵਿੱਚ ਹੋਵੇਗਾ ਭਾਰਤੀ ਅਮਰੀਕੀ ਸੰਗਠਨਾ ਦੇ ਇੱਕ ਸਮੂਹ ਤੇ ਲਾਸ ਐਂਜਲਸ ਦੇ ਮੇਅਰ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਸ਼ਹਿਰ ਵਿੱਚ ਦੂਜਾ ਭਾਰਤੀ ਕੌਂਸਲਟ ਖੋਲਿਆ ਜਾਣਾ ਚਾਹੀਦਾ ਹੈ ਬੌਸ ਨੇ ਕਿਹਾ ਹੈ ਕਿ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਲਾਸ ਐਂਜਲਸ ਸ਼ਹਿਰ ਵਿੱਚ ਇੱਕ ਨਵਾਂ ਭਾਰਤੀ ਕੌਂਸਲਟ ਖੋਲਣ ਤੇ ਵਿਚਾਰ ਕਰੋ